ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਸਰਕਾਰ ਤੇ ਤਿੱਖੇ ਹਮਲੇ ਕੀਤੇ ਹਨ। ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੰਤਰਾਲੇ ਬਦਲਣ ਦੀ ਸਲਾਹ ਵੀ ਦੇ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਸਿੱਧੂ ਤੇ ਮਨਪ੍ਰੀਤ ਬਾਦਲ ਟਿੱਪਣੀ ਕਰਦੇ ਕਿਹਾ ਹੈ ਕਿ ਦੋਵੇਂ ਅਜਿਹੇ ਅਣਜਾਣ ਮੰਤਰੀ ਹਨ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਸਿੱਧੂ ਸਿਰਫ ਹਾਸਿਆਂ ਤੇ ਭਾਸ਼ਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਉਹਨਾਂ ਨੂੰ ਕੋਈ ਹੱਸਣਾ ਸੁਣਾਉਣ ਵਾਲਾ ਹੀ ਮਹਿਕਮਾ ਦੇਣਾ ਚਾਹੀਦਾ ਸੀ, ਜਦਕਿ ਮਨਪ੍ਰੀਤ ਸਿੰਘ ਬਾਦਲ ਸਿਰਫ ਸ਼ਾਇਰੀ ਹੀ ਵਧੀਆ ਕਰਦੇ ਹਨ, ਇਸ ਲਈ ਉਹਨਾਂ ਨੂੰ ਕਿਸੇ ਅਜਿਹੇ ਵਿਭਾਗ ਦਾ ਮੰਤਰੀ ਬਣਾਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਮਨਪ੍ਰੀਤ ਤੇ ਸਿੱਧੂ ਸਿਰਫ ਅਕਾਲੀ ਦਲ ਤੇ ਖਾਸ ਕਰਕੇ ਬਾਦਲ ਪਰਿਵਾਰ ਨਾਲ ਸਿਆਸੀ ਦੁਸ਼ਮਣੀ ਕਰਕੇ ਪੰਜਾਬ ਦੀ ਜਨਤਾ ਦਾ ਨੁਕਸਾਨ ਕਰ ਰਹੇ ਹਨ। ਇਸ ਮੌਕੇ ਉਹਨਾਂ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ, ਕਿਹਾ ਕਿ ਸਰਕਾਰ ਨੂੰ ਆਏ 6 ਮਹੀਨੇ ਹੋ ਚੁੱਕੇ ਹਨ ਪਰ ਸਰਕਾਰ ਨਾਮ ਦੀ ਕੋਈ ਵੀ ਚੀਜ਼ ਕਿਧਰੇ ਵੀ ਵਿਖਾਈ ਨਹੀਂ ਦੇ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਗੁਰਦਾਸਪੁਰ ਤੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਅਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਸਮੇਤ ਹੋਰ ਵੀ ਕਈ ਅਕਾਲੀ ਨੇਤਾ ਹਾਜ਼ਰ ਸਨ। ਕੈਪਟਨ ਸਾਹਿਬ ਤਾਂ ਫੇਲ ਹੀ ਹੋ ਗਏ ਹੈ, ਜਿਹੜੇ ਉਹਨਾਂ ਦੇ ਮੰਤਰੀ ਹੈ ਉਹ ਵੀ ਉਦੋਂ ਵੱਡੇ ਫੇਲੀਅਰ ਨਿਕਲੇ। ਹੁਣ ਜਿਹੜੇ ਲੋਕਲ ਬਾਡੀ ਮੰਤਰੀ ਹੈ ਨਵਜੋਤ ਸਿੰਘ ਸਿੱਧੂ, ਜਿਹੜੀ ਆਪਣੇ ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਰਿਪ੍ਰਜੈਂਟ ਕਰਦਾ, ਸਭ ਤੋਂ ਪਹਿਲੇ ਮੈਂ ਤੈਨੂੰ ਦੱਸਾਂ, ਮੈਂ ਤਾਂ ਉਹਦੇ 'ਤੇ ਹੈਰਾਨ ਹੈ। ਗੁਰੂ ਦੀ ਨਗਰੀ ਨੂੰ ਰਿਪ੍ਰਜੈਂਟ ਕਰਦਾ, ਉਸ ਪਵਿੱਤਰ ਧਰਤੀ ਨੂੰ ਰਿਪ੍ਰਜੈਂਟ ਕਰਦਾ, ਪਰ ਜਿਹੜੇ ਧਾਰਮਿਕ ਸਥਾਨ, ਜਿਹੜੇ ਵਿਰਾਸਤੀ ਚੀਜ਼ਾਂ ਸਿੱਖ ਕੌਮ ਦੀਆਂ ਅਸੀਂ ਬਣਾਈਆਂ ਸੀ, ਨਵਜੋਤ ਸਿੰਘ ਸਿੱਧੂ ਨੇ ਪਿਛਲੇ 7 ਮਹੀਨੇ 'ਚ ਸਾਰਾ ਕੁਛ ਹੀ ਬੰਦ ਕਰ ਦਿੱਤਾ। 1 ਰੁਪਿਆ ਤਨਖਾਹ, 1 ਰੁਪਿਆ ਮੇਨਟੇਨੈਂਸ, ਇੰਨਾ ਵਿਰਾਸਤੀ ਜਗ੍ਹਾ ਜੋ ਨਹੀਂ ਦਿੱਤਾ। ਆਹ ਜਿਹੜੀਆਂ ਚੀਜ਼ਾਂ ਬਣੀਆਂ, ਆਹ ਕੋਈ ਅਕਾਲੀ ਦਲ ਨੇ ਦੀ ਚੀਜ਼ਾਂ ਨਹੀਂ ਹੈ, ਆਹ ਕੋਈ ਸੁਖਬੀਰ ਸਿੰਘ ਬਾਦਲ ਦੀ ਚੀਜ਼ਾਂ ਨਹੀਂ, ਆਹ ਤਾਂ ਸਿੱਖ ਕੌਮ ਦੀ ਪੰਜਾਬੀਆਂ ਦੀ ਚੀਜ਼ਾਂ ਹੈ। ਜੇ ਹੈਰੀਟੇਜ ਵਾਕ ਦੀ ਮੇਨਟੇਨੈਂਸ ਨਹੀਂ ਹੋਊਗੀ ਤਾਂ ਕੋਈ ਸੁਖਬੀਰ ਸਿੰਘ ਬਾਦਲ ਨਹੀਂ ਨੁਕਸਾਨ ਹੋਊਗਾ, ਨੁਕਸਾਨ ਆਪਣੀ ਪੰਜਾਬ ਦੀ ਪ੍ਰੈਸਟੀਜ ਦਾ ਹੁੰਦਾ। ਪਰ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ, ਕੋਈ ਪਰਵਾਹ ਨਹੀਂ, ਇਕੱਲੇ ਡਰਾਮੇ ਕਰਕੇ ਸਪੀਚਾਂ ਦੇ ਕੇ ਕੋਈ ਡਿਵੈਲਪਮੈਂਟ ਨਹੀਂ ਹੁੰਦੀ, ਇੱਕ ਕੰਟਰੀਬਿਊਸ਼ਨ ਨਹੀਂ ਹੈ। ਉਵੇਂ ਪੰਜਾਬ ਦੀ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜੀ ਆਈ ਹੈ, ਫਾਈਨੈਂਸ ਮਿਨਿਸਟਰ ਪੰਜਾਬ ਦਾ ਫੇਲ ਹੋ ਗਿਆ। ਜਿਹੜਾ ਫਾਈਨੈਂਸ ਮਿਨਿਸਟਰ ਤਨਖਾਹ ਜਿੱਥੇ ਨਾ ਦੇ ਸਕੇ, ਮੈਨੂੰ ਲੱਗਦਾ ਉਹਨੂੰ ਤਾਂ ਰਿਜ਼ਾਈਨ ਕਰਨਾ ਚਾਹੀਦਾ। ਇਕਨੋਮਿਕ ਕ੍ਰਾਈਸਿਸ, ਕਹਿੰਦੇ ਜੀ ਇਹਨਾਂ ਨੇ ਕਰਜ਼ਾ ਇੰਨਾ ਚੜ੍ਹਾਤਾ, ਸਾਡੇ ਖਜ਼ਾਨੇ ਖਾਲੀ ਹੋ ਗਏ। 10 ਸਾਲ ਤਾਂ ਕੁਛ ਨਹੀਂ ਹੋਇਆ ਅਤੇ 6 ਮਹੀਨੇ 'ਚ ਕਿਵੇਂ ਸਾਰਾ ਵਿਗੜ ਗਿਆ? ਆਹ ਤਾਂ ਉਹੀ ਗੱਲ ਹੈ, ਜੇ ਤੁਸੀਂ ਨਵੀਂ ਗੱਡੀ ਵੀ, ਨਵੀਂ ਮਰਸਡੀਜ਼ ਕਾਰ ਵੀ ਜੇ ਤੁਸੀਂ ਸ਼ੋਰੂਮ ਤੋਂ ਕਢਾਓ ਅਤੇ ਇੱਕ ਅਣਜਾਣ ਡਰਾਈਵਰ ਨੂੰ ਦੇ ਦਿਓ, ਉਹ 1 ਘੰਟੇ 'ਚ ਉਹਦਾ ਇੰਜਨ ਬੋਰ ਕਰ ਸਕਦਾ ਗਰਮ ਕਰਕੇ। ਡਰਾਈਵਰ ਮਤਲਬ ਕੈਪਟਨ ਸਾਹਿਬ ਤਾਂ ਵੱਡੇ ਡਰਾਈਵਰ ਹੈ, ਟੈਂਪਰਰੀ ਜਦੋਂ ਛੁੱਟੀ ਜਾਂਦੇ ਆ ਦੂਜੇ 2 ਆ ਜਾਂਦੇ ਆ, ਦੋਨੋਂ ਉਡਾ ਦਿੱਤੇ ਤਾਂ ਇੰਜਨ ਬੋਰ ਹੋ ਗਏ ਸਾਰੇ। ਅਸੀਂ ਤਾਂ ਉਹ ਕੱਢਿਆ ਜੋ ਦੇਖ ਲਿਆ ਡਰਾਈਵਰ ਜਦੋਂ ਦੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਦੇ ਮਨਪ੍ਰੀਤ ਸਿੰਘ ਬਾਦਲ ਜਦੋਂ ਉਹਨੇ ਸਾਨੂੰ ਅਸੀਂ ਕੱਢਿਆ ਉਹਨੂੰ, ਉਹਦੇ ਦਿਨ ਤੋਂ ਬਾਅਦ ਦੇਖੋ ਪੰਜਾਬ ਦੀ ਕਿੰਨੀ ਤਰੱਕੀ ਹੋਈ, ਫਾਈਨੈਂਸ ਜ਼ੋਰ ਵਧੇ। ਐਕਚੁਲੀ ਮੇਰਾ ਛੋਟਾ ਵੀਰ ਹੈ, ਉਹਨੂੰ ਫਾਈਨੈਂਸਿਸ ਬਾਰੇ ਨਹੀਂ ਪਤਾ, ਉਹ ਗਾਲੇ ਬੋਲੇ ਤਾਂ ਸ਼ੇਅਰ ਸ਼ੁਰ ਜਿੰਨੇ ਮਰਜ਼ੀ ਸਿੱਖ ਲਓ, ਉਹ ਫਾਈਨੈਂਸਿਸ ਬਾਰੇ ਵਿਚਾਰੇ ਨੂੰ ਨਹੀਂ ਪਤਾ।
ਉਹਨੂੰ ਤਾਂ ਮੈਨੂੰ ਲੱਗਦਾ ਉਹਨੂੰ ਮੈਨੂੰ ਲੱਗਦਾ ਮਹਿਕਮਾ ਗਲਤ ਦੇਤਾ ਉਹਨੂੰ ਦੇਣਾ ਸੀ ਜਾਂ ਮਿਊਜ਼ੀਅਮ ਮਿਊਜ਼ੀਅਮ ਵਾਲਾ ਜਾਂ ਕੋਈ ਕਲਚਰਲ ਵਾਲਾ ਹਾਂ ਉੱਥੇ ਕੋਈ ਉੱਥੇ ਕੋਈ ਸ਼ੇਰ ਸ਼ੂਰ ਲਿਖ ਲੈਂਦਾ ਗਾ ਲੈ ਜਾਂ ਕਿਸੇ ਨੂੰ ਹੋਰ ਕਰ ਲੈਂਦਾ ਪਰ ਉਹਨੂੰ ਤਾਂ ਜਮਾ ਹੀ ਨਹੀਂ ਪਤਾ। ਸਿੱਧੂ ਸਾਹਿਬ ਨੂੰ ਮਹਿਕਮਾ ਠੀਕ ਮਿਲਿਆ ਜੀ? ਸਿੱਧੂ ਬੰਦਨ ਲਾਫਟਰ ਚੈਨਲ ਇੰਟਰਟੇਨਮੈਂਟ ਦਾ ਦੇਣਾ ਚਾਹੀਦਾ ਸੀ ਬੇਸਿਕਲੀ। ਅੱਜ ਮੈਂ ਇਹਨਾਂ ਕਹਿਣਾ ਚਾਹੁੰਦਾ ਹੁਣ ਜਿਮਨੀ ਚੋਣ ਹੈ, ਸਮੁੱਚੀ ਅਕਾਲੀ ਦਲ ਬੀਜੇਪੀ ਲੀਡਰ ਡਟ ਕੇ ਇਲੈਕਸ਼ਨ ਲੜੂਗੀ। ਅਸੀਂ ਆਪਣੇ ਸਾਰੇ ਵਰਕਰਾਂ ਨੂੰ ਡਿਊਟੀਆਂ ਵੀ ਲਾ ਦਿੱਤੀਆਂ। ਸਾਡੀ ਜੁਆਇੰਟ ਮੀਟਿੰਗ 18 ਤਰੀਕ ਨੂੰ ਅਕਾਲੀ ਦਲ ਬੀਜੇਪੀ ਦੀ ਚੰਡੀਗੜ੍ਹ ਹੋ ਰਹੀ ਹੈ ਅਤੇ ਸਾਰੀ ਸਮੁੱਚੀ ਟੀਮ ਸਾਡੀ ਜ਼ਿਲ੍ਹੇ ਦੀ ਗੁਰਦਾਸਪੁਰ ਜ਼ਿਲ੍ਹੇ ਦੀ ਸਾਰੀ ਇੱਥੇ ਬੈਠੀ ਹੈ ਅਤੇ ਬੀਜੇਪੀ ਦਾ ਉਮੀਦਵਾਰ ਹੋਣਾ ਜਿਹੜਾ ਉਮੀਦਵਾਰ ਬੀਜੇਪੀ ਦਾ ਹੋਊਗਾ। ਅਕਾਲੀ ਦਲ ਪੂਰੀ ਡਟ ਕੇ ਸਪੋਰਟ ਜੁਆਇੰਟ ਫਰੰਟ ਕੈਂਡੀਡੇਟ ਸਾਡੇ ਲੜਨਾ। ਬਿਊਰੋ ਰਿਪੋਰਟ, ਪੰਜਾਬ ਟੂਡੇ।